ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਅੰਤ ਨ ਪਾਵਤ ਦੇਵ ਸਬੈ ਮੁਨ ਇੰਦਰ ਮਹਾਸਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਾਹੇ ਧਰੀ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਅਧਿਆਏ 21 ਦੇ ਵਿੱਚ ਅੱਜ ਆਪਾਂ ਪ੍ਰਿਥੀ ਚੰਦ ਪਾਸੋਂ ਚਿੱਠੀਆਂ ਨਿਕਲਣ ਦਾ ਪ੍ਰਸੰਗ ਸਰਵਣ ਕਰਾਂਗੇ ਜੀ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸ਼੍ਰੀ ਅਰਜਨ ਦੇਵ ਜੀ ਨੇ ਸਨਮਾਨ ਸਹਿਤ ਅਤ ਨੇੜਤਾ ਪਾ ਕੇ ਆਪਣੇ ਪਿਤਾ ਜੀ ਪਾਸ ਇੰਜ ਬੈਠੇ ਸ਼ੋਭ ਰਹੇ ਸਨ ਜਿਵੇਂ ਗਿਆਨ ਅਤੇ ਆਨੰਦ ਮਿਲ ਬੈਠੇ ਹੋਣ। ਪ੍ਰਿਥੀਆ ਸ਼੍ਰੀ ਅਰਜਨ ਦੇਵ ਜੀ ਨੂੰ ਦੂਰੋਂ ਹੀ ਦੇਖ ਕੇ ਸੜ ਵੱਲ ਗਿਆ। ਇੰਨਾ ਨੇੜੇ ਸਥਿਤ ਹੋ ਕੇ ਬੈਠਾ ਹੈ, ਪਿਤਾ ਗੁਰੂ ਜੀ ਦਾ ਅਦਬ ਨਹੀਂ ਰੱਖਿਆ ਹੈ, ਇਸ ਤਰ੍ਹਾਂ ਬੈਠਾ ਹੈ ਮਾਨੋ ਬਰਾਬਰੀ ਚਾਹੁੰਦਾ ਹੋਵੇ। ਇਸ ਤਰ੍ਹਾਂ ਪਾਸ ਬੈਠ ਕੇ ਲੋਕਾਂ ਨੂੰ ਵਿਖਾਉਂਦਾ ਹੈ ਸਿੱਖਾਂ ਵਿੱਚ ਆਪਣਾ ਮਾਣ ਵਧਾ ਰਿਹਾ ਹੈ। ਸੜਦੇ ਬਲਦੇ ਨੇ ਪਿਤਾ ਜੀ ਨੂੰ ਆ ਕੇ ਨਮਸਕਾਰ ਕੀਤੀ, ਉਸ ਸਮੇਂ ਕਾਫੀ ਦੂਰ ਬੈਠ ਗਿਆ। ਸ਼੍ਰੀ ਅਰਜਨ ਦੇਵ ਜੀ ਨੇ ਵੱਡਾ ਭਰਾ ਜਾਣ ਕੇ ਆਪਣੇ ਪਿਤਾ ਗੁਰੂ ਜੀ ਪਾਸ ਬੈਠੇ ਰਹੇ, ਹੱਥ ਜੋੜ ਕੇ ਪ੍ਰਿਥੀਏ ਨੂੰ ਵੰਦਨਾ ਕੀਤੀ। ਪ੍ਰਿਥੀਏ ਨੇ ਆਸ਼ੀਰਵਾਦ ਦੇ ਕੇ ਨਮਸਕਾਰ ਪ੍ਰਵਾਨ ਕੀਤੀ। ਸ਼੍ਰੀ ਗੁਰੂ ਜੀ ਨੇ ਵੱਡੇ ਪੁੱਤਰ ਵੱਲ ਵੇਖਿਆ ਅਤੇ ਕਿਹਾ, ਹੇ ਬੁੱਧੀਵਾਨ ਪ੍ਰਿਥੀ ਚੰਦ, ਸੁਣੋ, ਦੋ ਚਿੱਠੀਆਂ ਪਹਿਲਾਂ ਆਈਆਂ ਸਨ। ਸ਼੍ਰੀ ਅਰਜਨ ਨੇ ਕਵਿਤਾ ਵਿੱਚ ਸ਼ਬਦ ਬਣਾ ਕੇ ਲਿਖੀਆਂ ਸਨ, ਸਿੱਖ ਨੇ ਤੇਰੇ ਹੱਥ ਵਿੱਚ ਸੌਂਪੀਆਂ ਸਨ, ਇਸ ਕਰਕੇ ਉਹ ਤੇਰੇ ਹੀ ਪਾਸ ਹੋਣਗੀਆਂ। ਸਾਡੇ ਪਾਸ ਆ ਕੇ ਤੂੰ ਸਾਨੂੰ ਨਹੀਂ ਵਿਖਾਈਆਂ ਹਨ, ਕਿਸ ਕਾਰਨ ਤੂੰ ਰੱਖ ਕੇ ਛੁਪਾਈਆਂ ਹਨ? ਉਹਨਾਂ ਨੂੰ ਹੁਣ ਲਿਆਓ, ਜਿੱਥੇ ਵੀ ਰੱਖੀਆਂ ਹਨ ਉਹਨਾਂ ਨੂੰ ਵੇਖੀਏ ਕੈਸੀ ਵਿਧੀ ਅਨੁਸਾਰ ਲਿਖੀਆਂ ਹਨ। ਇਹ ਸੁਣ ਕੇ ਪ੍ਰਿਥੀਏ ਨੇ ਛਲ ਭਰੇ ਬਚਨ ਕਹੇ, ਕਦ ਇਸ ਨੇ ਭੇਜੀਆਂ, ਕਿੱਥੇ ਭੇਜੀਆਂ ਹਨ, ਕੌਣ ਜਾਣਦਾ ਹੈ? ਮੈਨੂੰ ਤਾਂ ਇਸ ਬਾਰੇ ਕੋਈ ਪਤਾ ਹੀ ਨਹੀਂ ਹੈ, ਉਸ ਨੂੰ ਲੁਕਾ ਕੇ ਰੱਖਣਾ ਮੇਰੇ ਕਿਹੜੇ ਕੰਮ ਹੈ? ਚਾਰ ਉਂਗਲ ਕਾਗਜ਼ ਨਾਲ ਮੈਂ ਪਤੰਗ ਨਹੀਂ ਸੀ ਉਡਾਉਣੀ। ਸ਼੍ਰੀ ਗੁਰੂ ਰਾਮਦਾਸ ਜੀ ਨੇ ਇਹ ਸੁਣ ਕੇ ਕਿਹਾ, ਯਾਦ ਕਰ ਲੈ, ਜੇ ਤੈਨੂੰ ਕੁਝ ਸੋਝੀ ਨਹੀਂ ਹੈ, ਕਿਸੇ ਥਾਂ ਧਰੀਆਂ ਹੋਣਗੀਆਂ, ਲੱਭ ਕੇ ਲਿਆਓ ਅਤੇ ਸਾਨੂੰ ਵਿਖਾਓ। ਹੋਰ ਸਾਰਾ ਕਾਰ ਵਿਹਾਰ ਠੀਕ ਢੰਗ ਨਾਲ ਕਰਦਾ ਹੈ, ਉਹ ਕਿਸੇ ਤਰ੍ਹਾਂ ਕਰਕੇ ਭੁੱਲਦਾ ਨਹੀਂ। ਝੂਠ ਨਾ ਬੋਲ, ਤੂੰ ਲੁਕਾ ਕੇ ਰੱਖੀਆਂ ਹਨ, ਇਹ ਛਲ ਕਪਟ ਦੀ ਚਤਰਾਈ ਛੱਡ ਦੇ। ਇਹ ਸੁਣ ਕੇ ਗੁੱਸੇ ਵਿੱਚ ਆ ਗਿਆ ਅਤੇ ਉੱਚੀ ਆਵਾਜ਼ ਵਿੱਚ ਬੋਲਿਆ, ਇਹ ਕੋਈ ਹੁੰਡੀ ਤਾਂ ਹੈ ਨਹੀਂ, ਜਿਹੜੇ ਛੁਪਾਏ ਹੋਏ ਤੁਹਾਨੂੰ ਲਿਆਵਾਂ, ਕਿਸ ਮਤਲਬ ਲਈ ਮੈਂ ਉਹਨਾਂ ਚਿੱਠੀਆਂ ਨੂੰ ਛੁਪਾਵਾਂਗਾ? ਉਹਨਾਂ ਦੇ ਵਿੱਚ ਕੋਈ ਲੇਖਾ ਜੋਖਾ ਨਹੀਂ, ਉਹ ਕਰਜ਼ੇ ਦੀ ਵਹੀ ਨਹੀਂ ਹੈ ਕਿ ਮੈਂ ਆਪਣੇ ਪਾਸ ਰੱਖਾਂਗਾ। ਸਿੱਖ ਪਾਸੋਂ ਰਾਹ ਵਿੱਚ ਲਿਆਉਂਦਿਆਂ ਡਿੱਗ ਪਈਆਂ ਹੋਣਗੀਆਂ, ਹਿਰਦੇ ਵਿੱਚ ਡਰਦਾ ਮੇਰੇ ਪਾਸ ਦੱਸਦਾ ਹੈ। ਜੇ ਇਸ ਕਵਿਤਾ ਵਿੱਚ ਸ਼ਬਦ ਬਣਾਇਆ ਹੈ ਉਸ ਨੂੰ ਵੇਖਣ ਵਾਸਤੇ ਤੁਹਾਡਾ ਚਿੱਤ ਲਲਚਾਇਆ ਹੈ ਤਾਂ ਕੁਝ ਤੋਟ ਨਹੀਂ ਹੈ, ਤੁਹਾਡੇ ਪਾਸ ਬੈਠਾ ਹੈ ਕਹਿ ਕੇ ਤੁਸੀਂ ਉਸ ਤਰ੍ਹਾਂ ਹੀ ਹੋਰ ਬਣਵਾ ਲਵੋ, ਉਸ ਨੂੰ ਕੋਈ ਹੋਰ ਕੰਮ ਤਾਂ ਹੈ ਨਹੀਂ ਜਿਸ ਕਾਰਨ ਕੋਈ ਕਾਰਜ ਅਟਕ ਜਾਵੇਗਾ। ਪ੍ਰਿਥੀ ਦੀ ਅਜਿਹੀ ਕੁਟਲਤਾ ਵੇਖ ਕੇ ਜਿਸ ਨੇ ਰਤਾ ਭਰ ਵੀ ਅਨੁਕੂਲਤਾ ਨਹੀਂ ਵੇਖੀ ਹੈ, ਅੰਤਰਜਾਮੀ ਗੁਰੂ ਜੀ ਨੇ ਆਪਣੇ ਨੇੜੇ ਬੈਠੇ ਸੇਵਕ ਦੇ ਕੰਨ ਵਿੱਚ ਕੁਝ ਬਚਨ ਕਹੇ, ਫੌਰਨ ਉੱਠ ਕੇ ਪ੍ਰਿਥੀਏ ਦੇ ਘਰ ਜਾਓ, ਉੱਥੇ ਪਹੁੰਚ ਕੇ ਇਹ ਵਾਕ ਸੁਣਾਓ, ਪ੍ਰਿਥੀਏ ਨੇ ਇਸ਼ਨਾਨ ਕੀਤਾ ਹੈ, ਉਹ ਹੁਣ ਸਤਿਗੁਰੂ ਜੀ ਪਾਸ ਜਾਣਾ ਚਾਹੁੰਦਾ ਹੈ, ਉਸਨੇ ਜਾਮਾ ਪਹਿਨਣ ਵਾਸਤੇ ਮੰਗਵਾਇਆ ਹੈ, ਮੈਨੂੰ ਭੇਜਿਆ ਹੈ ਕਿ ਛੇਤੀ ਲੈ ਕੇ ਆਵਾਂ। ਇਹ ਸੁਣ ਕੇ ਸਿੱਖ ਪ੍ਰਿਥੀਏ ਦੇ ਘਰ ਨੂੰ ਚਲਾ ਗਿਆ। ਗੁਰੂ ਜੀ ਨੇ ਫਿਰ ਕਿਹਾ, ਜੇ ਤੈਨੂੰ ਉਸ ਕਾਰਜ ਨਾਲ ਕੋਈ ਕੰਮ ਨਹੀਂ ਹੈ ਤਾਂ ਉਸਨੂੰ ਸਾਨੂੰ ਕਿਉਂ ਨਹੀਂ ਵਿਖਾਉਂਦਾ ਹੈ? ਇਸ ਵਿੱਚ ਕੀ ਹੈ ਜੋ ਹੱਠ ਬੁੱਧੀ ਨੂੰ ਧਾਰਨ ਕੀਤਾ ਹੈ? ਯਾਦ ਕਰੋ, ਜਿੱਥੇ ਵੀ ਚਿੱਠੀ ਧਰੀ ਹੈ ਅੜੀ ਨਾ ਧਾਰਨ ਕਰੋ, ਜਿੱਦ ਛੱਡ ਦਿਓ। ਭਾਵੀ ਦਾ ਪ੍ਰੇਰਿਆ ਨਾ ਮੰਨਿਆ, ਤਿੰਨ ਵਾਰ ਗੁਰੂ ਜੀ ਦੇ ਬਚਨਾਂ ਨੂੰ ਉਲਟਾਇਆ।
ਗੁੱਸੇ ਨਾਲ ਬੋਲਿਆ, ਮੇਰਾ ਕਿਹਾ ਆਪਨੇ ਸਭ ਝੂਠਾ ਮੰਨਿਆ ਹੈ। ਮੈਨੂੰ ਤੁਹਾਡੇ ਚਰਨਾਂ ਦੀ ਸੁਗੰਧ ਹੈ ਜੇ ਮੈਂ ਇਹ ਚਿੱਠੀਆਂ ਕਿਤੇ ਵੇਖੀਆਂ ਹਨ। ਆਪਣੇ ਪਿਤਾ ਗੁਰੂ ਜੀ ਨੂੰ ਪੂਰੀ ਤਰ੍ਹਾਂ ਨਾ ਜਾਣਿਆ, ਵੱਡੀ ਮਹਿਮਾ ਤੋਂ ਅਣਜਾਣ ਰਿਹਾ, ਜੇ ਕੋਈ ਮਹਾਂਭਾਗਾ ਹੋਏ ਤਾਂ ਉਹ ਉੱਚੀ ਪਦਵੀ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ। ਸੇਵਕ ਸਿੱਖ ਪ੍ਰਿਥੀ ਦੇ ਘਰ ਪਹੁੰਚ ਗਿਆ। ਉਸ ਦੀ ਇਸਤਰੀ ਅਸਲੀ ਭੇਦ ਨੂੰ ਸਮਝ ਨਾ ਸਕੀ। ਉਸ ਦੀ ਪਤਨੀ ਕਰਮੋ ਨੇ ਦਾਸੀ ਨੂੰ ਜਾਮਾ ਲਿਆਉਣ ਵਾਸਤੇ ਕਿਹਾ। ਉਹ ਜਾਮਾ ਉਸੇ ਵੇਲੇ ਲੈ ਆਈ। ਸਿੱਖ ਨੇ ਜਾਮੇ ਨੂੰ ਇਕੱਠਾ ਕਰ ਲਿਆ ਅਤੇ ਆਪਣੇ ਕੱਪੜੇ ਵਿੱਚ ਛੁਪਾ ਲਿਆ। ਇਸ ਭਾਂਤ ਕੋਈ ਵੀ ਜਾਣ ਨਹੀਂ ਸੀ ਸਕਦਾ। ਆ ਕੇ ਗੁਰੂ ਜੀ ਨੂੰ ਚਿੱਠੀਆਂ ਸਹਿਤ ਲਪੇਟਿਆ ਹੀ ਫੜਾ ਦਿੱਤਾ। ਫਿਰ ਭਾਈ ਮਹਾਂਦੇਵ ਜੀ ਨੂੰ ਬੁਲਾਇਆ। ਹੋਰ ਦੀਵਾਨ ਸਾਰਾ ਲੱਗਾ ਰਿਹਾ। ਅਨੇਕ ਬੁੱਧੀਮਾਨ ਸਿੱਖ ਸ਼ੋਭ ਰਹੇ ਸਨ, ਜਿਨ੍ਹਾਂ ਆਪਣੇ ਚਿੱਤ ਦੇ ਵਿਕਾਰਾਂ ਨੂੰ ਦੂਰ ਕਰ ਲਿਆ ਸੀ। ਕੋਈ ਸਤਿਗੁਰੂ ਜੀ ਦੇ ਮੁਖ ਵੱਲ ਵੇਖ ਰਿਹਾ ਸੀ ਅਤੇ ਕੋਈ ਪ੍ਰਿਥੀਏ ਦੇ ਚਿਹਰੇ ਦੀ ਦਸ਼ਾ ਨੂੰ ਵੇਖ ਰਿਹਾ ਸੀ। ਫਿਰ ਗੁਰੂ ਜੀ ਨੇ ਸਭ ਨੂੰ ਸੰਬੋਧਨ ਕਰਕੇ ਕਿਹਾ, ਅੱਜ ਤੂੰ ਸਾਡੇ ਕਹੇ ਨੂੰ ਸਮਝ ਲਵੋ। ਉਹ ਚਿੱਠੀਆਂ ਦੇ ਦਿਓ ਜਿੱਥੇ ਲੁਕਾਈਆਂ ਹਨ, ਤੇਰਾ ਰੱਤੀ ਭਰ ਵੀ ਕੰਮ ਨਹੀਂ ਵਿਗੜੇਗਾ। ਜੇ ਨਹੀਂ ਦੇਵੇਗਾ ਤਦ ਵੀ ਤੇਰਾ ਕੁਝ ਸੁਧਰ ਨਹੀਂ ਜਾਣਾ ਹੈ। ਫਜ਼ੂਲ ਵੱਡੇ ਹੱਥ ਵਿੱਚ ਪੈ ਗਿਆ ਹੈ। ਕਈ ਵਾਰ ਨਿੱਕੀ ਜਿਹੀ ਵਸਤੂ ਵੱਡੇ ਵੱਡੇ ਵਿਗਾੜ ਕਰ ਦਿੰਦੀ ਹੈ। ਤੂੰ ਵਿਚਾਰਨ ਤੋਂ ਬਗੈਰ ਇਸ ਤਰ੍ਹਾਂ ਕਿਉਂ ਕਰਦਾ ਹੈ? ਉਸ ਸਥਾਨ 'ਤੇ ਸਾਰੀ ਸਭਾ ਸੁਣ ਰਹੀ ਸੀ। ਵੱਡਾ ਮੂਰਖ ਕਹਿਣ ਉੱਤੇ ਵੀ ਨਾ ਸਮਝਿਆ, ਫਿਰ ਵੀ ਉਲਟਾ ਹੀ ਬੋਲਿਆ, ਚਿੱਠੀ ਨਾਲ ਕੀ ਵੱਡਾ ਬਣ ਜਾਣਾ ਹੈ? ਆਪਣੇ ਪਾਸ ਰੱਖ ਕੇ ਉਸ ਤੋਂ ਕਿਹੜਾ ਰਾਜ ਪ੍ਰਾਪਤ ਕਰ ਲਵਾਂਗਾ? ਇਸ ਪਾਸੋਂ ਕਿਹੜੀ ਦੁਰਲਭ ਵਸਤੂ ਪ੍ਰਾਪਤ ਕਰ ਲਵਾਂਗਾ? ਇਹ ਸੁਣ ਕੇ ਸ਼੍ਰੀ ਰਾਮਦਾਸ ਜੀ ਨੇ ਵਚਨ ਕਹੇ, ਵਡਿਆਈ ਤੇਰੇ ਭਾਗਾਂ ਵਿੱਚ ਨਹੀਂ ਹੈ, ਹੇ ਨਲਾਇਕ ਤੂੰ ਕਿੱਥੇ ਰਾਜ ਕਮਾਏਗਾ? ਦੁਰਲਭ ਵਸਤੂ ਬਿਨਾਂ ਭਾਗਾਂ ਤੋਂ ਨਹੀਂ ਮਿਲਦੀ ਹੈ। ਗੁਰੂ ਜੀ ਨੇ ਬਾਬਾ ਬੁੱਢਾ ਜੀ ਅਤੇ ਹੋਰ ਸਿੱਖਾਂ ਵੱਲ ਵੇਖਿਆ, ਫਿਰ ਜਾਮਾ ਅੱਗੇ ਰੱਖ ਲਿਆ। ਗੁਰੂ ਜੀ ਨੇ ਕਿਹਾ, ਇਸ ਜਾਮੇ ਨੂੰ ਚੰਗੀ ਤਰ੍ਹਾਂ ਵੇਖ ਲਓ, ਤੇਰੇ ਗਲੇ ਦਾ ਇਹ ਹੈ ਕਿ ਨਹੀਂ? ਪ੍ਰਿਥੀਏ ਨੇ ਰੱਖੇ ਹੋਏ ਜਾਮੇ ਨੂੰ ਵੇਖਿਆ ਅਤੇ ਕਿਹਾ, ਇਹ ਮੇਰਾ ਹੈ, ਇਸ ਨੂੰ ਹੁਣ ਘਰ ਤੋਂ ਕੌਣ ਲਿਆਇਆ ਹੈ? ਗੁਰੂ ਜੀ ਨੇ ਕਿਹਾ, ਇਸ ਦੀ ਜੇਬ ਵਿੱਚੋਂ ਹੁਣ ਆਪਣੇ ਹੱਥਾਂ ਨਾਲ ਚਿੱਠੀਆਂ ਕੱਢ ਲਓ। ਕਹਿਣ ਲੱਗਾ, ਮੈਂ ਤਾਂ ਨਹੀਂ ਪਾਈਆਂ, ਇਸ ਵਿੱਚ ਚਿੱਠੀਆਂ ਕਿੱਥੋਂ ਆਈਆਂ? ਗੁਰੂ ਜੀ ਨੇ ਕਿਹਾ, ਨਾਂ ਨੁੱਕਰ ਫੇਰ ਕਰਨਾ, ਪਹਿਲਾਂ ਆਪਣੇ ਹੱਥਾਂ ਨਾਲ ਕਾਗਜ਼ ਕੱਢੋ। ਸ਼ਰਮ ਨਾਲ ਖਿਝੇ ਹੋਏ ਨੇ ਜੇਬ ਵਿੱਚ ਆਪਣਾ ਹੱਥ ਪਾਇਆ। ਬਹੁਤ ਕਾਗਜ਼ ਸਨ, ਉਹ ਸਾਰੇ ਬਾਹਰ ਕੱਢੇ। ਸਾਰੇ ਲੈ ਕੇ ਸਤਿਗੁਰੂ ਜੀ ਦੇ ਪਾਸ ਚਲਾ ਗਿਆ। ਚਿੱਠੀਆਂ ਦੋਵੇਂ ਤੁਰੰਤ ਕੱਢੀਆਂ। ਸਾਰੀ ਸਭਾ ਵੇਖ ਕੇ ਬਹੁਤ ਹੈਰਾਨ ਹੋਈ। ਚਿੱਠੀਆਂ ਹੱਥ ਵਿੱਚ ਫੜ ਕੇ ਗੁਰੂ ਜੀ ਨੇ ਕਿਹਾ, ਕੀ ਇਹ ਗੁਰਮੁਖਤਾ ਹੀ ਹੈ? ਇਸ 'ਤੇ ਵਿਚਾਰ ਕਰੋ। ਵੱਡਾ ਗਰੀਬ ਅਤੇ ਕਪਟ ਤੋਂ ਖਾਲੀ ਹੈ, ਨਹੀਂ ਕੁਟਿਲਤਾ ਵੱਡਾ ਮੀਸਣਾ ਹੈ। ਓੜਕ ਤੱਕ ਹੱਠ ਕੀਤਾ ਹੈ, ਇਹ ਨਲਾਇਕ ਗੁਰੂ ਕੁੱਲ ਵਿੱਚ ਪੈਦਾ ਹੋਇਆ ਹੈ। ਅਸੀਂ ਤੇਰੀ ਸੰਤਾਨ ਸਹਿਤ ਤੈਨੂੰ ਤਿਆਗਿਆ ਹੈ। ਇਸ ਦੇ ਭਾਗਾਂ ਵਿੱਚ ਉੱਚੀ ਪਦਵੀ ਨਹੀਂ ਹੈ। ਇਸ ਨੇ ਜੱਗ ਵਿੱਚ ਪੱਕੀ ਬਦਨਾਮੀ ਖੱਟੀ ਹੈ। ਇਸ ਨੇ ਕੀ ਕੀਤਾ ਹੈ? ਆਪਣੇ ਹੱਠ ਤੋਂ ਹਟਿਆ ਨਹੀਂ ਹੈ। ਇਸ ਦੀ ਜਿਹੜੀ ਸੰਤਾਨ ਪੈਦਾ ਹੋਵੇ, ਗੁਰਸਿੱਖਾਂ ਦੇ ਸਿੱਖ ਹੋਣ ਤਾਂ ਤੇ ਸੰਗਤ ਦਾ ਮਿਲਣਾ ਬਣਦਾ ਹੈ, ਨਹੀਂ ਤਾਂ ਇਹ ਬਾਹਰ ਮੁਖੀ ਰਹਿਣਗੇ। ਜੁਜਾਤੀ ਰਾਜੇ ਨੇ ਆਪਣੇ ਜਦੋ ਪੁੱਤਰ ਨੂੰ ਕਿਹਾ ਸੀ ਕਿ ਮੇਰਾ ਬੁਢਾਪਾ ਲੈ ਲੈ, ਉਹ ਨਾ ਮੰਨਿਆ, ਪਰ ਦੂਸਰੇ ਪੁੱਤਰ ਪਰੂ ਨੇ ਮੰਨ ਲਿਆ। ਰਾਜੇ ਨੇ ਅੰਤ ਸਮੇਂ ਰਾਜ ਪੁਰੂ ਨੂੰ ਦੇ ਦਿੱਤਾ ਸੀ ਅਤੇ ਜਦੋ ਵਾਂਝਾ ਰਹਿ ਗਿਆ ਸੀ। ਇਸ ਤਰ੍ਹਾਂ ਗੁਰੂ ਜੀ ਨੇ ਜਗ ਜਾਰਾ ਆਪਣੇ ਵੱਡੇ ਪੁੱਤਰ ਨਾਲ ਕੀਤੀ। ਇਹ ਸੁਣ ਕੇ ਬਾਬਾ ਬੁੱਢਾ ਜੀ ਨੇ ਸ਼ੁਭ ਵਿਧੀ ਵਾਲੀ ਗੱਲ ਕਹੀ, ਵੇਖੋ ਚਿੱਤ ਦੀ ਬਿਰਤੀ ਕੈਸੀ ਕੀਤੀ ਹੈ। ਆਪਣੇ ਪਿਤਾ ਗੁਰੂ ਜੀ ਨੂੰ ਸਰਵ ਸਮਰੱਥ ਅੰਤਰਜਾਮੀ ਨਾ ਜਾਣਿਆ ਵੱਡਾ ਛਲ ਕਰਕੇ ਚਿੱਠੀਆਂ ਛੁਪਾ ਰੱਖੀਆਂ। ਸਧਾਰਨ ਬੁੱਧੀ ਵਾਲਿਆਂ ਨਾਲ ਕਪਟ ਪੁੱਗ ਜਾਂਦਾ ਹੈ, ਹੁੰਦੀ ਹੈ ਹੋਰ, ਕਰ ਜਾਈਦੀ ਹੈ ਹੋਰ। ਤੁਹਾਡੇ ਉੱਤੇ ਨਿਸ਼ਚਾ ਧਾਰਨ ਨਹੀਂ ਕੀਤਾ ਹੈ, ਆਪਣਾ ਬਰਾਬਰ ਹੀ ਸਮਝ ਲਿਆ ਹੈ। ਇਹ ਸੁਣ ਕੇ ਸਾਰੀ ਸਭਾ ਹੈਰਾਨ ਰਹਿ ਗਈ। ਇਸ ਨੇ ਕੀ ਕੀਤਾ? ਸਾਰੇ ਉਂਗਲੀਆਂ ਮੂੰਹ ਵਿੱਚ ਪਾ ਰਹੇ ਸਨ। ਜਦ ਮਨ ਵਿੱਚ ਇਹ ਜਾਣਿਆ ਕਿ ਆਪਣਾ ਛਲ ਪ੍ਰਗਟ ਹੋ ਗਿਆ ਹੈ ਤਾਂ ਸ਼ਰਮਿੰਦਾ ਹੋ ਕੇ ਕੁਝ ਨਾ ਬੋਲਿਆ, ਸਿਰ ਨੀਵਾਂ ਕਰਕੇ ਬੈਠਾ ਰਿਹਾ। ਸਾਰਿਆਂ ਦੇ ਕੋੜੇ ਬਚਨ ਬਰਦਾਸ਼ਤ ਕੀਤੇ, ਜਿਵੇਂ ਕੱਚ ਦਾ ਹੀਰਾ ਇਕੱਲਾ ਹੋਣ ਅਤੇ ਬੁੱਧੀਮਾਨਾਂ ਦੀ ਮੱਤ ਨੂੰ ਠੱਗ ਲੈਂਦਾ ਹੈ, ਪਰ ਜੇ ਪਾਸ ਸੱਚਾ ਹੀਰਾ ਹੋਵੇ ਤਾਂ ਪਰਖਿਆ ਜਾਂਦਾ ਹੈ। ਫਿਰ ਸਾਰੇ ਕੱਚ ਨੂੰ ਛੱਡ ਦਿੰਦੇ ਹਨ। ਜਦ ਸ਼੍ਰੀ ਅਰਜਨ ਦੇਵ ਜੀ
ਸੱਚੇ ਹੀਰੇ ਦੇ ਰੂਪ ਵਿੱਚ ਪਰਖੇ ਗਏ ਤਾਂ ਕੂੜਾ ਪ੍ਰਿਥੀਆ ਝੂਠਾ ਅਤੇ ਕੱਚਾ ਪਿੱਲਾ ਨਿਕਲਿਆ। ਤਦ ਸ਼੍ਰੀ ਗੁਰੂ ਰਾਮਦਾਸ ਜੀ ਨੇ ਦੋਵੇਂ ਚਿੱਠੀਆਂ ਧਰ ਕੇ ਬੜੇ ਪ੍ਰੇਮ ਨਾਲ ਪੜ੍ਹੀਆਂ, ਜਿਨ੍ਹਾਂ ਵਿੱਚ ਬਹੁਤ ਪ੍ਰੇਮ ਦੇ ਕਾਰਨ ਦਰਸ਼ਨ ਦੀ ਸਿੱਖ ਦੱਸੀ ਸੀ ਅਤੇ ਤੁਕਾਂ ਬਹੁਤ ਸੁੰਦਰ ਬਣੀਆਂ ਸਨ। ਚਿੱਠੀਆਂ ਨੂੰ ਪੜ੍ਹ ਕੇ ਬਹੁਤ ਪ੍ਰਸੰਨ ਹੋਏ। ਫਿਰ ਉਹ ਚਿੱਠੀਆਂ ਬਾਬਾ ਬੁੱਢਾ ਜੀ ਦੇ ਹੱਥ ਵਿੱਚ ਫੜਾਈਆਂ ਅਤੇ ਆਗਿਆ ਕੀਤੀ, ਇਹਨਾਂ ਨੂੰ ਪੜ੍ਹੋ ਕਿਸ ਤਰ੍ਹਾਂ ਲਿਖੀਆਂ ਹਨ। ਸਭ ਗੁਰੂ ਸਾਹਿਬਾਨ ਦੇ ਆਸ਼ੇ ਤੁਸੀਂ ਜਾਣਦੇ ਹੋ। ਤਦ ਬਾਬਾ ਬੁੱਢਾ ਜੀ ਨੇ ਚਿੱਠੀਆਂ ਸਭ ਨੂੰ ਪੜ੍ਹ ਕੇ ਸੁਣਾਈਆਂ, ਜਿਨ੍ਹਾਂ ਵਿੱਚ ਸੁੰਦਰ ਨਵੇਂ ਸ਼ਬਦ ਬਣਾਏ ਸੀ। ਸਾਰੇ ਸੁਣ ਕੇ ਮਸਤ ਹੋ ਗਏ ਅਤੇ ਕਹਿਣ ਲੱਗੇ, ਧੰਨ ਧੰਨ ਸ਼੍ਰੀ ਅਰਜਨ ਦੇਵ ਜੀ। ਛੋਟੇ ਭਰਾ ਦੀ ਵਡਿਆਈ ਵੇਖ ਕੇ ਪ੍ਰਿਥੀਆ ਬਹੁਤ ਦੁਖੀ ਹੋਇਆ। ਹਿਰਦਾ ਸੜਦਾ ਸੀ ਪਰ ਕੁਝ ਵੱਸ ਵੀ ਨਹੀਂ ਜਾਂਦਾ ਸੀ। ਛਲ ਵੱਲ ਨਾਲ ਗੁਰਿਆਈ ਚਾਹੁੰਦਾ ਸੀ ਪਰ ਆਪਣੇ ਪਿਤਾ ਜੀ ਦੀ ਸੇਵਾ ਦੀ ਕਮਾਈ ਨਾ ਕੀਤੀ। ਹੰਕਾਰ ਕਰਕੇ ਕਦੀ ਵੀ ਗੁਰੂ ਜੀ ਦਾ ਬਚਨ ਨਹੀਂ ਸੀ ਮੰਨਿਆ ਅਤੇ ਮਹਾਨ ਧਨ ਨੂੰ ਹੀ ਸਾਂਭਦਾ ਰਿਹਾ ਸੀ। ਜਗਤ ਦੇ ਕਾਰੋਬਾਰ ਵਿੱਚ ਬੜਾ ਚਾਤਰ ਸੀ ਪਰ ਗੁਰਿਆਈ ਪ੍ਰਾਪਤ ਕਰਨ ਵਾਲਾ ਇੱਕ ਵੀ ਗੁਣ ਨਹੀਂ ਸੀ। ਇਸ ਤਰ੍ਹਾਂ ਪ੍ਰਿਥੀਆ ਮੁਰਝਾਇਆ ਚਿਹਰਾ ਲੈ ਕੇ ਬੈਠਾ ਰਿਹਾ। ਫਿਰ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਨੇ ਕਿਹਾ, ਤੁਸੀਂ ਗੁਰੂ ਨਾਨਕ ਦੇਵ ਜੀ ਦੇ ਬਹੁਤ ਪਿਆਰੇ ਸਿੱਖ ਹੋ ਅਤੇ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੂੰ ਵੀ ਵੇਖਿਆ ਹੈ। ਹਿਰਦੇ ਵਿੱਚ ਨਾ ਜਰੇ ਜਾਣ ਨੂੰ ਵੀ ਜਰਨਾ ਗੁਰਤਾ ਹੈ। ਸ਼੍ਰੀ ਅਰਜਨ ਹੁਣ ਅਜਿਹਾ ਹੋਇਆ ਹੈ ਕਿ ਨਹੀਂ, ਜੇ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਇਸ ਨੂੰ ਸਾਡੇ ਬਾਅਦ ਗੁਰਗੱਦੀ 'ਤੇ ਬਿਠਾਓ। ਗੁਰਤਾ ਦੇ ਉੱਚਿਤ ਹੋਰ ਕੋਈ ਨਹੀਂ ਹੈ, ਇਸ ਦੇ ਬਰਾਬਰ ਗੁਣ ਦੱਸੋ ਕਿਸ ਵਿੱਚ ਹੈ। ਤੁਹਾਡੀ ਸੰਮਤੀ ਹੋਣ ਨਾਲ ਕਰਨਾ ਚਾਹੁੰਦਾ ਹਾਂ। ਸੱਚ ਸੱਚ ਦੱਸੋ ਜਿਵੇਂ ਤੁਸੀਂ ਹਿਰਦੇ ਵਿੱਚ ਧਾਰਨ ਕੀਤਾ ਹੈ। ਇਹ ਸੁਣ ਕੇ ਬਾਬਾ ਬੁੱਢਾ ਜੀ ਨੇ ਜ਼ੋਰ ਨਾਲ ਉਚਾਰਨ ਕੀਤਾ, ਗੁਰਤਾ ਸੇਵਕ ਦੀ ਸ੍ਰੇਸ਼ਟ ਵਸਤੂ ਹੈ, ਜਿਸ ਵਿੱਚ ਨਾ ਜਰੇ ਜਾਣ ਵਾਲੇ ਨੂੰ ਵੀ ਜਰਨ ਦੇ ਆਦਿ ਗੁਣ ਹੋਣ, ਉਸ ਨੂੰ ਹੀ ਇਸ ਦੇ ਲਾਇਕ ਜਾਣੋ। ਇਹ ਸਾਰੇ ਗੁਣ ਮੈਂ ਸ਼੍ਰੀ ਅਰਜਨ ਦੇਵ ਜੀ ਵਿੱਚ ਪਰਖੇ ਹਨ। ਤੁਹਾਡੇ ਨਾਲੋਂ ਉੱਚੀ ਸ੍ਰੇਸ਼ਟ ਮਤ ਕੌਣ ਧਾਰ ਸਕਦਾ ਹੈ? ਇਹਨਾਂ ਵਰਗਾ ਹੋਰ ਕਿਹੜਾ ਵੱਡਾ ਸੇਵਕ ਹੋ ਸਕਦਾ ਹੈ ਜਿਨ੍ਹਾਂ ਨੇ ਆਗਿਆ ਵਿੱਚ ਹੀ ਵਾਸਾ ਕੀਤਾ ਹੈ। ਪ੍ਰੇਮ ਵਿੱਚ ਆਤਰ ਅਤ ਦੁਖੀ ਹੋ ਕੇ 2 ਸਾਲ ਬਤੀਤ ਕੀਤੇ ਹਨ। ਆਪ ਜੀ ਦੀ ਆਗਿਆ ਪਾ ਕੇ ਹੁਣ ਦਰਸ਼ਨਾਂ ਵਾਸਤੇ ਆਇਆ ਹੈ। ਸੋ ਸਾਧ ਸੰਗਤ ਜੀ, ਇੱਥੇ ਦੂਸਰੀ ਰਾਸ ਦਾ 21ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।